ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਤੁਹਾਨੂੰ ਅਸੀਂ ਲਗਾਉਣਾ ਸਿਖਾਵਾਂਗੇ ਮਾਈਕਾ ਮਾਈਕਾ ਕਿੱਦਾਂ ਲਾਈਦਾ ਉਹਦੇ ਵਾਸਤੇ ਤੁਹਾਨੂੰ ਪਹਿਲਾਂ ਚਾਹੀਦਾ ਇੱਕ ਰੇਤੀ ਅਤੇ ਇੱਕ ਮਾਈਕਾ ਕਲਮ ਜੋ ਕਿ ਤੁਹਾਨੂੰ ਆਮ ਨੋਰਮਲ ਦੁਕਾਨ ਤੋਂ ਲੱਕੜ ਵਾਲੀ ਦੁਕਾਨ ਤੋਂ 20 ਰੁਪਏ ਦੀ ਮਿਲ ਜਾਏਗੀ ਅਤੇ ਇਹ ਤੁਸੀਂ ਇੱਕ ਰੇਤੀ ਲੈ ਸਕਦੇ ਹੋ ਠੀਕ ਜੇ ਹੁਣ ਆਪਾਂ ਤੁਹਾਨੂੰ ਇਸ ਪਲਾਈ ਬੋਰਡ 'ਤੇ ਮਾਈਕਾ ਲਾਉਣਾ ਸਿਖਾਵਾਂਗੇ ਕਿ ਮਾਈਕਾ ਕਿਸ ਤਰ੍ਹਾਂ ਲਾਈਦਾ ਹੈ ਪਹਿਲੇ ਆਪਾਂ ਉਹਦਾ ਸਾਈਜ਼ ਲੈ ਲਿਆ ਸਾਹਮਣੇ ਵਾਲੀ ਦਾ ਅਤੇ ਹੁਣ ਅਸੀਂ ਇਹਦੀ ਪ੍ਰੋਪਰ ਮਿਹਨਤੀ ਕਰਕੇ ਇਸ ਨੂੰ ਕੱਟਣ ਲੱਗੇ ਹਾਂ ਹੁਣ ਇਸ ਮਾਈਕਾ ਕਲਮ ਨਾਲ ਅਸੀਂ ਮਾਈਕੇ ਨੂੰ ਕੱਟ ਦੇਵਾਂਗੇ ਬਿਲਕੁਲ ਨਾਲ ਪਲਾਈ ਬੋਰਡ ਦੀ ਜ਼ਰੂਰਤ ਹੈ ਕਿਉਂਕਿ ਇਹਦੇ ਨਾਲ ਹੀ ਤੁਸੀਂ ਉਹਨੂੰ ਬਰਾਬਰ ਰੱਖ ਕੇ ਕੱਟ ਸਕਦੇ ਹੋ ਨਹੀਂ ਤਾਂ ਉਹ ਜੇਕਰ ਤੁਸੀਂ ਇਹਨੂੰ ਫੱਟੀ ਨੂੰ ਨਾ ਰੱਖੋਗੇ ਤਾਂ ਇਹਦੇ ਨਾਲ ਤੁਹਾਡਾ ਮਾਈਕਾ ਗਲਤ ਵੀ ਕੱਟਿਆ ਜਾ ਸਕਦਾ ਹੈ ਇਹ ਤੁਹਾਡਾ ਮਾਈਕਾ ਗਿਆ ਕੱਟਿਆ ਹੁਣ ਅਸੀਂ ਇਹਨੂੰ ਇੱਕ ਪੀਸ ਨੂੰ ਸਾਈਡ 'ਤੇ ਰੱਖ ਦੇਵਾਂਗੇ ਅਤੇ ਦੂਸਰੇ ਪੀਸ ਨੂੰ ਮਾਈਕਾ ਲਗਾਵਾਂਗੇ ਫੈਵੀਕੋਲ ਲਗਾ ਕੇ ਮਾਈਕਾ ਹੁਣ ਅਸੀਂ ਇਸ ਮਾਈਕੇ ਉੱਤੇ ਫੈਵੀਕੋਲ ਰੱਖ ਲਿਆ ਹੈ ਹੁਣ ਇਹਨੂੰ ਆਪਾਂ ਮਾਈਕਾ ਮਤਲਬ ਮਾਈਕੇ ਉੱਤੇ ਇੱਕ ਮਾਈਕੇ ਦਾ ਛੋਟਾ ਪੀਸ ਲਾਂਗੇ ਉਹਦੇ ਨਾਲ ਆਪਾਂ ਇਹਨੂੰ ਬਿਲਕੁਲ ਮਤਲਬ ਇਕੁਅਲ ਕਰਕੇ ਲਗਾਉਣਾ ਹੈ ਕਿਤੇ ਨਾ ਵੱਧ ਹੋਵੇ ਨਾ ਘੱਟ ਹੋਵੇ ਤੁਸੀਂ ਇੱਕੋ ਜਿਹਾ ਸਾਰੀ ਜਗ੍ਹਾ ਲਗਾ ਲੈਣਾ ਇਹ ਸਾਡਾ ਹੁਣ ਪੀਸ ਨੂੰ ਮਾਈਕਾ ਪੀਸ ਵਾਲੇ ਜਿਹੜਾ ਮਾਈਕਾ ਵਾ ਇਹਨੂੰ ਆਪਾਂ ਫੈਵੀਕੋਲ ਲਗਾ ਦਿੱਤਾ ਹੈ ਹੁਣ ਜਿਹੜਾ ਜ਼ਿਆਦਾ ਫੈਵੀਕੋਲ ਹੈ ਉਸਨੂੰ ਚੁੱਕ ਕੇ ਸਪਲਾਈ 'ਤੇ ਰੱਖ ਦਾਂਗੇ ਜਿਸ 'ਤੇ ਆਪਾਂ ਮਾਈਕੇ ਨੂੰ ਜੋੜਨਾ ਹੈ ਜੀ ਹੁਣ ਸੇਮ ਇਸੇ ਤਰ੍ਹਾਂ ਇਸ ਨੂੰ ਵੀ ਆਪਾਂ ਫੈਵੀਕੋਲ ਪੂਰਾ ਲਗਾ ਲੈਣਾ ਹੈ ਸੇਮ ਜਿਸ ਤਰ੍ਹਾਂ ਮਾਈਕੇ ਨੂੰ ਲਗਾਇਆ ਉੱਦਾਂ ਹੀ ਪਲਾਈ 'ਤੇ ਲਗਾ ਲੈਣਾ ਹੈ ਇੱਦਾਂ ਹੀ ਸਾਰੇ ਨੂੰ ਆਪਾਂ ਲਗਾ ਲੈਣਾ ਹੁਣ ਇਸ ਨੂੰ ਪਲਾਈ ਨੂੰ ਵੀ ਸਾਰਾ ਫੈਵੀਕੋਲ ਲੱਗ ਗਿਆ ਹੈ ਹੁਣ ਅਸੀਂ ਜਿਹੜਾ ਥੋੜ੍ਹਾ ਬਹੁਤ ਫੈਵੀਕੋਲ ਉੱਤੇ ਬਚ ਗਿਆ ਉਹਨੂੰ ਬਰਾਬਰ ਇਕੁਅਲ ਕਰ ਲਾਂਗੇ ਸਾਰੇ ਬਰਾਬਰ ਕਰਕੇ ਲਗਾਵਾਂਗੇ ਕਿਉਂਕਿ ਜੇ ਥੋੜ੍ਹਾ ਬਹੁਤਾ ਵੀ ਕਿਤੇ ਜ਼ਿਆਦਾ ਫੈਵੀਕੋਲ ਰਹਿ ਗਿਆ ਤਾਂ ਉੱਥੇ ਮਾਈਕਾ ਫੁੱਲ ਜਾਂਦਾ ਹੈ ਇਸ ਕਰਕੇ ਹੁਣ ਅਸੀਂ ਇਹਨੂੰ ਚਿਪਕਾਵਾਂਗੇ ਨਾਲ ਤੁਸੀਂ ਇੱਦਾਂ ਕਿਸੇ ਦੀ ਹੈਲਪ ਲੈ ਸਕਦੇ ਹੋ ਇੱਕ ਸਾਈਡ ਤੋਂ ਚੁੱਕ ਕੇ ਰੱਖਣਾ ਅਤੇ ਦੂਸਰੀ ਸਾਈਡ ਆਪਾਂ ਫਿਕਸ ਕਰ ਦਾਂਗੇ ਦੋਨਾਂ ਸਾਈਡ ਤੋਂ ਇੱਕੋ ਜਿਹਾ ਬਰਾਬਰ ਰੱਖ ਕੇ ਫਿਰ ਇਹਨੂੰ ਹੁਣ ਇੱਕ ਸਾਈਡ ਤੋਂ ਚੁੱਕ ਕੇ ਰੱਖਾਂਗੇ ਹੌਲੀ ਹੌਲੀ ਇਹਦੀ ਨਾਲ ਹਵਾ ਕੱਢੀ ਜਾਵਾਂਗੇ ਇਸ ਦੇ ਵਿੱਚ ਹਵਾ ਰਹਿ ਜਾਂਦੀ ਹੈ ਨਾ ਫਿਰ ਇਹ ਮਾਈਕਾ ਫੁੱਲ ਜਾਂਦਾ ਹੈ ਇਸ ਨੂੰ ਚੁੱਕ ਕੇ ਰੱਖਾਂਗੇ ਨਾਲ ਨਾਲ ਅਸੀਂ ਹੱਥ ਫੇਰੀ ਜਾਵਾਂਗੇ ਜਿਹਦੇ ਨਾਲ ਕਿ ਇਹਦੀ ਹਵਾ ਨਿਕਲ ਜਾਏਗੀ ਇਹ ਹੁਣ ਸਾਡਾ ਮਾਈਕਾ ਲੱਗ ਚੁੱਕਿਆ ਹੈ ਹੁਣ ਅਸੀਂ ਇਸ ਨੂੰ ਥੋੜ੍ਹੀ ਜਿਹੀ ਮਾਲਿਸ਼ ਕਰਾਂਗੇ ਮਾਲਿਸ਼ ਨਾਲ ਮਾਈਕਾ ਤੁਹਾਡਾ ਖਰਾਬ ਨਹੀਂ ਹੋਏਗਾ ਫੁੱਲੇਗਾ ਨਹੀਂ ਹੁਣ ਜਿਹੜਾ ਸਾਈਡ ਤੋਂ ਜਿਵੇਂ ਥੋੜ੍ਹਾ ਥੋੜ੍ਹਾ ਮਾਈਕਾ ਵੱਧ ਹੈ ਇਸ ਨੂੰ ਅਸੀਂ ਰੇਤੀ ਲੈ ਕੇ ਇਸ ਨੂੰ ਥੱਲੇ ਨੂੰ ਨੱਪਾਂਗੇ ਰੇਤੀ ਹੱਡੀ ਲੱਗ ਸਾਰੇ ਹੀ ਸੇਮ ਇਸੇ ਜਗ੍ਹਾ ਤੁਸੀਂ ਲਗਾ ਸਕਦੇ ਹੋ ਇਹਦੇ ਨਾਲ ਤੁਹਾਡਾ ਮਾਈਕਾ ਬਰਾਬਰ ਹੋ ਜਾਏਗਾ ਜੀ ਹੁਣ ਅਸੀਂ ਇਸ ਨੂੰ ਟੇਪ ਲਾਉਣੀ ਸਟਾਰਟ ਕਰਾਂਗੇ ਸੇਮ ਇਸੇ ਤਰ੍ਹਾਂ ਸਾਰੇ ਯਾਨੀ ਕਿ ਚਾਰੇ ਸਾਈਡ ਤੇ ਇਹਦੇ ਟੇਪ ਲਗਾ ਦੇਵਾਂਗੇ ਜਿਹਦੇ ਨਾਲ ਕਿ ਇਹ ਸਾਈਡ ਤੋਂ ਉੱਠੇਗਾ ਨਹੀਂ ਜੇ ਤੁਸੀਂ ਟੇਪ ਨਹੀਂ ਲਗਾਓਗੇ ਤਾਂ ਇਹ ਉੱਠ ਜਾਏਗਾ ਸਾਈਡ ਤੋਂ ਇੱਦਾਂ ਹੀ ਸੇਮ ਆਪਾਂ ਸਾਰੇ ਹੁਣ ਸਾਡੇ ਸਾਰੇ ਪੀਸ ਨੂੰ ਟੇਪ ਲੱਗ ਗਈ ਹੈ ਹੁਣ ਅਸੀਂ ਇਸ ਦੀ ਚੰਗੀ ਤਰ੍ਹਾਂ ਮਾਲਿਸ਼ ਕਰਕੇ ਇਸ ਨੂੰ ਦਬਾ ਕੇ ਕਿਸੇ ਚੀਜ਼ ਨਾਲ ਰੱਖ ਦੇਵਾਂਗੇ ਇਹਦੇ
3-4 घंटे बाद तुसी इसनू जिथे भी लगाना होवे लगा सकदे हो। देखो